we lost food, less missing. When Ramzy Shukur Allah Pak da Mainu Allah Pak de Aina janwar de di tere Aina dhawar di tere khlo tere Main ta mala maal hoya khlo ta Par Mala maal ta hoya khlo ta Par thari maang pehna ke na gurnu paai janna Koi shadi shudi nahi hundi pi Allah jana ki loka nu ban gaya Koi shadi aave ta taangalu mere dangra vich vi izafa hove ਆ ਪਹਿਲਾ ਬੱਚਾ ਤਾਂ ਮੈਂ ਲਿਆਂਦਾ ਹਾਂ ਰਾਣਿਆਂ ਦੀ ਸ਼ਾਦੀ ਤੇ ਜਦੋਂ ਮੈਂ ਗਿਆ ਸੋਂ ਉਹਦੇ ਆਣਿਆਂ ਨੂੰ ਘਾਟ ਦੇਵਣ ਤੇ ਆ ਮੈਂ ਲਿਆਂਦਾ ਫਰੀਦੂ ਦੀ ਸ਼ਾਦੀ ਤੇ ਫਰੀਦੂ ਦੀ ਸ਼ਾਦੀ ਤੇ ਉਹਨਾਂ ਦਿੱਤਾ ਹਾਂ ਆ ਮੈਂ ਕਿਹਾ ਦਿੱਤਾ ਹਾਂ ਆ ਆ ਨਪੂ ਕੀ ਤਾਂ ਦਿੱਤਾ ਹਾਂ ਨਪੂ ਮਾ ਦਿੱਤੀ ਜਾਈ ਅੱਛਾ ਵਾਹ ਬਾਈ ਵਾਹ ਇਹ ਕੀ ਆਖੀ ਜਾਣਾ ਹੈ ਤੇ ਇਹਨਾਂ ਨਾਲ ਗੱਲਾਂ ਕਰਦਾ ਪਿਆ ਇਹਨਾਂ ਦੇ ਨਾਲ ਗੱਲਾਂ ਪਿਆ ਕਰਨਾ ਦੋਰੀ ਬਲਾ ਕੇ ਤੇਰੀਆਂ ਗੱਲਾਂ ਜੜੀਆਂ ਡੰਗਰ ਸੁਣਦੇ ਪੈਣ ਵਾਸ ਵਾਸ ਕੀਤੀ ਜਾਂਦੇ ਆ ਅੱਲਾ ਜਣਾ ਕਈ ਮਿਹਣ ਮਿਹਣ ਲਾਈ ਖੜੋਤੀ ਐ ਪਰ ਚਲੋ ਬੰਦਾ ਤਾਂ ਅਗਲੇ ਨਾਲ ਗੱਲ ਖੋਲ ਕੇ ਕਰੇ ਅਗਲੇ ਨੂੰ ਸਮਝ ਆ ਜਾਵੇ ਵੀ ਕੀ ਆਂਦਾ ਪਿਆ ਮੈਂ ਸਪੀਕਰ ਵੀ ਲਵਾ ਲਵਣਾ ਤੈਨੂੰ ਫੇਰ ਵੀ ਕੋਣੀ ਮੇਰੇ ਸਮਝ ਆਣੀ ਮੈਂ ਤੈਨੂੰ ਆਖਦੀ ਪਈਆਂ ਪੱਠੇ ਲਾਇਆ ਇਕੱਠੇ ਵਾਗ ਚਲਸਾ ਐ ਜਿਹਦੇ ਵੀ ਅੱਖ ਸੇ ਵਾਗ ਚਲਸਾ ਐ ਗਾਲ ਲੱਗਦੀ ਆਉਣੀ ਐ ਤਾਂ ਕਿਹਦਾ ਇਕੱਠੇ ਜਾ ਮੈਂ ਪੱਠੇ ਲਾਇਆ ਹਾਂ ਕੀ ਸਾ ਪੱਠੇ ਕਹਿੰਦੇ ਹੁਣ ਪੱਠੇ ਛਕੀ ਗਏ ਉਹ ਮੈਂ ਕੋਈ ਬਸ਼ੀਰ ਹਾਂ ਜੋਈਆ ਵੀ ਜਿਹੜਾ ਪੱਠੇ ਲੋਕਾਂ ਨੇ ਸਿੱਧੇ ਪੁੱਠੇ ਕਰਦਾ ਬਣਾ ਪੱਠੇ ਨਹੀਂ ਪੱਠੇ ਲੈ ਮੱਝਾਂ ਵਾਸਤੇ ਅੱਲਾ ਜਾਣੇ ਕੀ ਹੋਣਾ ਇਹ ਆਂਦੀ ਓ ਬੇਵਕੂਫਾ ਕਿ ਤੈਨੂੰ ਗਾਹ ਆਖਦੀ ਪਈ ਆ ਗਾਹ ਜਾ ਪਕਾ ਲਈ ਸਾ ਕੇ ਚਾਹ ਦੀ ਕਿਹੜੀ ਲੋੜ ਬਣੀ ਖੜਤੀ ਹੋਣਾ ਨਾਲ ਦੋ ਤੱਕੇ ਦੁਪਾਰੀ ਓ ਡੋਰੀ ਬਲਾ ਮੱਥੇ ਲੱਗ ਗਿਆ ਗਾਹ ਲਾਇਆ ਇਹਨਾਂ ਨੂੰ ਪੱਠੇ ਪਾਉਣੇ ਨੇ ਓਏ ਬੋਲ ਮੈਨੂੰ ਸੁਣਿੰਦਾ ਪਿਆ ਮੈਨੂੰ ਫਿਕਰ ਸਾਰੀ ਹੈ ਮੈਂ ਪੱਠੇ ਵਾਢੇ ਆ ਸਿਰਫ ਮੈਂ ਲਿਆਉਣੇ ਨੇ ਬਸ ਚਾਹ ਕੇ ਜਾ ਲਾਇਆ ਭੁੱਖੀਆਂ ਫਲੋਤੀਆਂ ਤਾਂ ਉਂਝ ਸੁੱਕਦੀਆਂ ਪਈਆਂ ਨੇ ਕੀ ਮੁੱਕਦੀਆਂ ਪਈਆਂ ਮੁੱਕਦੀਆਂ ਨੇ ਸੁੱਕਦੀਆਂ ਪਈਆਂ ਡੰਗਰ ਸੁੱਕੀ ਜਾਂਦੇ ਨੇ ਸੁੱਕੀ ਤੇ ਜਾਵਣਾ ਐਨਾ ਤੂੰ ਜਦੋਂ ਨਾਲ ਹੱਥ ਫੜਤੀ ਕਰਾਂਦੀ ਨਹੀਂ ਪਈ ਮੈਨੂੰ ਕੱਲੇ ਨੂੰ ਜਾਣਾ ਪਉਂਦਾ ਪੱਠੇ ਲੈਣ ਤੂੰ ਜਾ ਦਫਾ ਹੋ ਜਾ ਗਰੇ ਰੋਟੀ ਪਕਾ ਮੈਨੂੰ ਪਹਿਲੇ ਭੁੱਖ ਲੱਗੀ ਖੋਤੀ ਪਰ ਮੇਰੇ ਐਸ ਡੇਡ ਦੇ ਕਾਇ ਸਜਾ ਸੀ ਤੇ ਮੋਰੇ ਨਾਂ ਦੇ ਡੇਡ ਦੇ ਕਾਇ ਸਜਾ ਸੀ ਤੂੰ ਪੱਠੇ ਚਾਹ ਲੈ ਤੇ ਮੈਂ ਰੋਟੀ ਪਕਾਣੀ ਹੈ ਰੋਟੀ ਖਾ ਤੋਂ ਨਾ ਲੱਗੀ ਇਹ ਮੋਨ ਲੈਂਦੀ ਖਬਰ ਹੈ ਅੱਖ ਦੀ ਪਈ ਮਾਈ ਸਾਹਿਬ ਰਾਮਦੀ ਪੀ ਖੈਰ ਹੋਵੇ ਰਮਜੀ ਮੇਰੇ ਪੁੱਤਰ ਦੀ ਗੱਡੀ ਪਾ ਗਈਆਂ ਤੇ ਉਹਨੂੰ ਹਸਪਤਾਲ ਲੈ ਜਾਓ ਕਾਲ ਨਾਲ ਔਰ ਮੇਰੇ ਨਾਲ ਲੱਗੀ ਆਈ ਆ ਮੇਰੇ ਕੋਲ ਤਾਂ ਸ਼ਾਹ ਕਰੀ ਕੇ ਤੇ ਪਾਕ ਲੈ ਜਾਤਾ ਮੈਂ ਟੁੱਟੇ ਹੋਇਆ ਬੋਰੇ ਬੱਦਾ ਰੱਕੇ ਗੱਡੀ ਪਾਈਆਂ ਗੱਡੀ ਸ਼ਾਦੀ ਹੈ ਮੇਰੇ ਪੁੱਤਰ ਦੀ ਸ਼ਾਦੀ ਹਾਂ ਹਾਂ ਸ਼ਾਦੀ ਕਰੂ ਮੈਂ ਪਿਛਲੀ ਉਮਰ ਚ ਉਹ ਤੇਰਾ ਦਿਮਾਗ ਤਾਂ ਨਹੀਂ ਖਰਾਬ ਹੋ ਗਿਆ ਭਾਈ ਅਕਲ ਤੇਰਾ ਕਿੱਥੇ ਚਲਾ ਗਿਆ ਤੇਰਾ ਸਾਈਂ ਠੀਕ ਹੈ ਮਰ ਗਿਆ ਪਰ ਤੂੰ ਸ਼ਾਦੀ ਹੁਣ ਕਰੂ ਮੈਂ ਆਦੀ ਨਹੀਂ ਸ਼ਾਦੀ ਕਰੂ ਆ ਸਾਈਂ ਤਾਂ ਮੇਰਾ ਜਿੰਦਾ ਹੈ ਪੁੱਤਰ ਦੀ ਸ਼ਾਦੀ ਕਰੂ ਆ ਵੱਡੇ ਦੀ ਪੁੱਤਰ ਤੇਰਾ ਕੋਈ ਵੱਡਾ ਹੋ ਗਿਆ ਹੈ ਜਿਹਨੂੰ ਪਰਨਾਉ ਐਡੀ ਕਾਲ ਕੀਤੀ ਖਲੋਤੀ ਹੈ 40 ਸਾਲਾਂ ਦਾ ਹੋ ਗਿਆ ਮੇਰਾ ਪੁੱਤਰ ਅਜੇ ਅੰਦਾ ਪਿਆ ਅਜੇ ਕਿਹੜੀ ਕਾਲ ਕਾਲ ਹਾਂ ਕਾਲ ਗੱਡੀ ਪਾ ਲਈਆਂ ਇਹਨੇ ਪਾ ਲਈਆਂ ਤੇ ਤੁਹਾਡੇ ਰਿਸ਼ਤੇਦਾਰਾਂ ਨੂੰ ਜਾ ਕੇ ਸਨੇਹਾ ਦੇਵਣਾ ਹੈ ਬਾਪ ਤੇ ਜਾ ਕੇ ਦੱਸ ਉਹਨਾਂ ਨੂੰ ਅੱਛਾ ਖਾਈਆਂ ਸੇ ਬਸ ਇਹੋ ਗੱਲ ਮੈਂ ਤੇਰੇ ਕੋਲ ਪੁੱਛੂਆ ਸਨੇਹਾ ਦੇਵਣਾ ਤਾਂ ਮੈਂ ਸਾਰਿਆਂ ਲਈ ਵਗ ਜਾਸਾਂ ਕੋਈ ਛੁਆਰੇ ਆ ਦੇ ਪਲਿਓ ਲੈ ਜਾਸਾਂ ਕਿ ਕੁਦੇ ਸੇ 500,000 ਹੋ ਲਗਾ ਜਾ ਤੇ ਛੁਆਰੇ ਨਾ ਲੈ ਕੇ ਜਾਵੀਂ ਛੁਆਰਿਆਂ ਦਾ ਰਵਾਜ ਕੋਈ ਨਹੀਂ ਹੂੰ ਮੁੜ ਕੇ ਦਰਬਾਨ ਕੇ ਸੇ ਤੇ ਰੱਖ ਲਵੀਂ ਐਲਾ 1000 ਰੁਪਈਆ ਹੀ ਅੱਜਾ ਜਾ ਇਹ ਕੀ ਕੱਢੋ ਐ ਕਿਰਾਇਆ ਦੇਵਾਂ ਕੱਢੂ ਮੈਂ ਕੌਣ ਆਇਆ ਖੜਾ ਹੈ ਖਬਰ ਐਲਾ ਹੀ ਰੁਪਈਆ ਦਿੱਤੀ ਖਲੋਤੀ ਵੀ ਕਿਰਾਇਆ ਦੇਉਂ ਮੈਂ ਬਸ ਦਾ ਐਡਾ ਤੈਨੂੰ ਖੋਤੇ ਤੇ ਕੰਨ ਜਿਹੜਾ ਲੋੜ ਤੇ ਦਿੱਤਾ 1000 ਰੁਪਇਆ ਮੈਂ ਹੁਣ ਜਾਂਦਾ ਪਿਆ ਤੇ ਮੈਂ ਸਾਰਿਆਂ ਨੂੰ ਅਜੋ ਉਸਨੇ ਆ ਦੇ ਦੇ ਬਣਾਏ ਦੇ ਆ ਹੈ ਦੇ ਆ ਚੱਲਣਾ ਚੰਗਾ ਜਾ ਮੁਰ ਤੂੰ ਜਾ ਜਾ ਘਰੇ ਜਾ ਕੇ ਨਾ ਬਾਹ ਜਾਵੇ ਬੋਲੇ ਬੱਦਾ ਰਾਤ ਤੋਂ ਤੇ ਮੇਰੇ ਸੇਰ ਹੀ ਰੜੇ ਕਲੇ ਆਏ ਔਰ ਨਹੀਂ ਘਰੇ ਜਾਂਦਾ ਨਹੀਂ ਜਾਂਦਾ ਨਹੀਂ ਪਰ ਘਰੇ ਤਾਂ ਜਾਵਣਾ ਪਉਸੀ ਮੈਨੂੰ ਮੈਂ ਘਰੇ ਆ ਦੀ ਸਵਾਣੀ ਨੂੰ ਦੱਸ ਕੇ ਜਾ ਸਾਂਝੇ ਐਵੇਂ ਵਗ ਗਿਆ ਸੇ ਮੇਰੀ ਸਵਾਣੀ ਤਾਂ ਸਾਰਾ ਮੱਲਾ ਛਾਣ ਮਾਰਤੀ ਸਾਰਾ ਪਿੰਡ ਛਾਣ ਮਾਰਤੀ ਮੈਨੂੰ ਲਬਦੀ ਲਬਦੀ ਉਹ ਨਾਲ ਕਮਲੀ ਹੋ ਜਾਵੇ ਨਹੀਂ ਮੈਂ ਪਹਿਲੇ ਘਰੇ ਜਾਣਾ ਦੱਸਣਾ ਹਾਏ ਤਰੀਕ ਤਾਂ ਮੈਨੂੰ ਦੱਸੀ ਕੋਈ ਨਾ ਤਰੀਕ ਤਾਂ ਦੱਸਾਂ ਵੇ ਰਮਜ਼ੀਆ ਹਾਂ ਵੇ ਚੰਦ ਦੀ 14 ਦੀ ਹੈ ਚੰਦ 14 ਦੀ ਤਰੀਕ ਹੈ ਚੰਦ 14 ਅੱਛਾ ਚੰਗਾ ਲੈ 14 ਤਾਂ ਕਾਲ ਲਈਏ ਐਡੀ ਕਾਲ ਇਹਨੇ ਸ਼ਾਦੀ ਕਰਨ ਦੀ ਬਈ
सूर कोई मरदा पिया। चलो आपां नूं की है, अपना काम है पैगाम देना ते आदे पैसे वसूल करने। पिछली बारी साबरा का जरा विराह मरिया है ना, हाँ। दसने भी मैं देवन आया इसू। अच्छा आ घर ही एक वाह खड़का सुगरी नैन पहली बार आई है। और मेरी मां जाई नहीं है, और मेरी समानी है दलीला। तुम मेरे निकाह कराऊंगा उन्हें। और चुप करो, ने कदो वाक्यो पे आंदा पहली बारी आई है। अच्छा पहली बारी आई है, हाँ। पहली बारी आवे तो मोर तू दे ना कोई छायो नू, पहली बारी तेरे बुए ते आई खड़ती है। तेरे सब गुस्सा ना करया, मेरा साईं डोरा तो ताए दे नाल बनवाना पै गए। ए डोरी बड़ा नु घरे पाई आवे ते तू आप आ जावी मेरे जी, मेरी बहन ही अचानक सिरे सोटा मार दी, तुसा इत्थे खड़ोवो ते मैं आंदा पिया। हां की आंदा पिया, खोता मार गया है। ओ खोता नहीं मार गया, आ वेख चुप करके खलो। अल्ला अल्ला अल्ला, मैं भी तेरे को हाथ जोड़ी खड़ोता। शादी कर कोई सलाह मशुरा कर दे पियो सनापा से समानी बंदा, तू एवे बोकी जाने के कहां दे टप गया है। बोकी जांदा है तू, बोकी जाना, चुप कर जा, मेरे को गलती होगी। अच्छा अच्छा समझ आई खड़ोती है, कान ना पाड़ो। तू कान मेरा पाड़ी जाना आखदा पे, कान ना पाड़। आया तो खड़ोता है लड़की दे मुंह वाला, अदवार मेरे सिर ते रखाई। हाल है मेरे 1000 रुपये वाला नोट दिता है। वाह भाई वाह, खैर होवे भला होवे। खुश खुश जावी, खुश खुश अगले घर जाना है, तू पिछा टाइल जानी है। ओ
ਭੂਤਲੇ ਦਾ ਘਰ ਹੈ ਭੂਤਲੇ ਦਾ ਮਾਈ ਸਾਬਰਾਂ ਦਾ ਪਤਾ ਨਹੀਂ ਬਣਿਆ ਲੱਗਦਾ ਕਿ ਬਤਰੀਆ ਲੱਗਦਾ ਹੈ ਅੰਦਰ ਅੱਲੇ ਜਣੇ ਸੁੱਤੇ ਪੈਣ ਖਰ ਨਿਕਲੇ ਤਾਂ ਆਇਆ ਹੈ पोत्र खतने मैं हूं किते मेरी फुफी आ मरना विच वखरा पाई खाली है सुगरिया कोई मरने शरने की खबर तो नहीं दे छड़ी ओनू रोंदा पे पिटदा पे जलील आदमी तू एक बार चुप कर ये हो रोल है अंदर ले जाता मेरी समान दूर दूर मैं नाल जावा वेख लो आप दी अखी दे नाल मैं आप दे पोतर दे खतने करवाए एक्सीडेंट होया है पसंद करो चाह रोटी के नहीं भाई बस मेहरबानी गल ना करे डोरा एदा उच्चा सुन नहीं नहीं मैनु दस की आता पिया लोग लोग के गल करनी है तो गैर बंदियां दे नाल लोक के मगाल नहीं कीती हैगी ओंदे पे की भी सो चा भी सो या रोटी खा सो तू आ को की आखे मैं का कुछ भी नहीं खाओ सानू दे कोई साला जेड़ा बंदा लाना है लख लाना तई पर जदो खावण भी बंद हो ना लेंदा पे तो तू अनु आख ले आ जे छ ले आवणी जे नहीं रहन दे अपन जल्दी आ गई है भाई तो जल्दी ना सवाणी साथ जेड़ा कुछ देवना ने देवो हां ए तो रोजा रखी बंदी भाऊ मैं तो कोई छा लिया दे जे है ही काय छाता अच्छा तैनू खवा लेना अच्छा मेरी बहन इंज कर इनु आख मेरे पोते दे कोलो बोले मठा ज्यादा ना बोलो रो लग जांदो नोंदी दर्द अच्छा जी ठीक है भाई तू परेशान ना हो चुप कर के बैठ जा कितनी बार हाथ जोड़ी खलोतिया तेरे को भूतना ये कौन है ओ बेगम जी ए नाई गल्ले ने मेरी फुफी अच्छा ते फुफेर मेरे दी दम्मी बरात है अयो हां और फुफी तेरे ने ए भी तो पता कि दो चार ते खड़ो रहंदी हुन आपा सजियां पोतर दी सुनता कराए नु ओनु किते ले जाई उस नवा मरना च कहते है चलो हुन जावणा पमदा दस रोला की है फुफेर मेरे दी ए शादी अगर ना जाई ते शरीक अपने नक वाट देसन ला तू शरीकां ने वेखी कोता इक्को पोतर तेनु ओ जी कोई माड़ी चंगी समाणी ते भी तोनु बचावणा है तू टेंशन ना लो मैनु भी सास है आप दे पोतर दा आपा पोत नु ले जाने नाले एक साइड च उन रख दिसा चलो भैया आदि मर्जियां करो मर्जियां ली केड़ी गल है जामणा पमदा चलो और मुकदी गल मुका की करना है की कर नाई है कमी है गरीब एक फेस 1000 रुपए अंदर तिलकाए नंदे भी गरीब है ना चलो ठीक है हां आ जा बहु देर लाई खड़तड़ बंदा मेनू ए भी चबा ही लगदा है कोई चुप कर आंदा पोत सुंदा पे ना सुनी गला चलो मेरी बहन मैं कर गया चुप गरीब समझ के एकदम होर किसी ने आखे तू मैं खले मारने मैं तो बर्दाश्त कर गया ना कोई नहीं करना चलो भाई चुप कर तू सानू लिया के दे जेड़े कुछ है देंदे जी जी देने वेख मेरी बेगम आ गई शादी करके डोरी बुला मेरी बहन अगे ते चंगा भला ते डोरा कि यकदम गंदी आदत तू अकीले मार अपना जाऊन बनता जरूरी जावना आपा चलो बनता लेनो पायो डीन जे जेडी लिकली वधियो लेना आपे सट हो जास अच्छा। हाँ।
और केड़ा घर है? फलक शेर चौधरी दा घर है। अच्छा, ते खुदा दा ना इथे बोली ना, उस घर में तो जुतियां खाम भाई है, ते मैं मस्से बचा लिया तैनू, इथे ना बकवास करी हो ना अगले जुतियां तैनू मारन। तैनू पता भी है कि मैं उच्चा सुनना, ते मोड़ भी तू होली बोलनी। मैं ते रखती पईया उच्चा ना बोकी, अगले जुतियां मारसनी, पिछले घर वाले भी तैनू जुतियां मारन लगे न, हुण सुनी गई? सुनी गया, होली बोल, कान पाड़ू है। पोत्र मोला बख्श दी कल बरात है, तो सदा ने आज दी मैं दी है। फलकू दा छूर इंदा मुंह आई है, जिवें चुप्पी होई अंबी आंदी है। चौधरी फलक शेर है, चौधरी फलक शेर। और भी रमजी ठीक है? हां जी ठीक ठाक है। अंदरों कोई खेस खूस लाया पैसे तेरे को ना पाओ। चल यार खेस ले जाके आइला। ठीक है, कितने वाला नोट है? 5000। 5000 ओए वाले ओए, ए तो नवा चले है, मैं लगता है। अब्बा फुफी ने अपने नाल बड़ी ज्यादती की है, ते आपा किड्डा जरूरी काम जाना ते कैंसल हो गया। यार कैंसल हो करना पौसी, ओदे बहन है, ओदे ना जावे ते नहीं सरदा। हां ए भी गल सही है, शरीका ले की आ दे आपा नु। आप दिया गल्ला करते बहन, तू मुंह बांध रख। हेलो हां मियां, हुन खुश है? चंगा चौधरी, मोर सलामा लेकम। वालेकुम सलाम। खुश रहे है? साडे ते खुश रहे है, तोडे ते तासी खुश ही है। तुसी खुश हो के जवे यार। चलो मियां तैयारी करो, उधरा काम कैंसिल करिए ते इधर चलिए। चलो मैं उन फोन कर देना भैया जी, परसों आ जी। कर दे फोन। अजीब शादी है, पुराने घर आ बैठे ते घर वाले लभदे नहीं, पा पता किधे गए बदे। नशा करके डटा पिया उसी। हाँ भाई जी, नशे ने घर के घर ही उजाड़ दिते ने। शुक्र है भाई, असी इस लानत तू बचे हुए, अल्लाह का बड़ा करम है। नशे वाली गल भी सच्ची है, किनिया मावा दे पुत्र ते किनिया बहना दे बिरा इस नशे तबाह हो गए। चुप कर बवाले। फुफी ये नूर कर सिंह। नूर कर सिंह सारे ब्याह ते आने के नुक्कर चीनिया करे ना बैठे ने। तू एडा सियाणो है ते ना मैं, तू चुप कर बा, तू बेचने वाला ला ला कर। बस लड़ो ना, लड़न आए ने। हाँ और लम्मा होया पे आना, होर खा मिटियां
तेरे जट से मलाप पाए खड़ा मलाप लम्बा होया पे ना अबे ਇੱਥੇ ਕੀ ਹੈ ਕੱਟੇ ਲੰਮਿਆ ਕਰਕੇ ਬੈਠੇ ਹੋਏ ਆ ਓਏ ਅੰਮਾ ਇਹ ਮਿੱਟੀ ਖਾਂਦਾ ਰਿਹਾ ਤੇ ਢੇਡ ਦੇ ਮਲਾਪ ਪਏ ਖਾਂ ਤੋ ਲੰਮਾ ਹੋਇਆ ਪਿਆ ਆਨੀਆਂ ਪਰਤੀ ਵੀ ਆਨੀਆਂ ਆਉਣੇ ਆਨੀਆਂ ਪਰਤੀ ਪਰ ਮੈਂ ਸਾਰਾ ਚੱਕ ਲੱਭ ਕੇ ਤੈਨੂੰ ਮੈਂ ਆਈ ਖਲੋਤੀ ਤੈਨੂੰ ਚੰਗਾ ਬਲਾ ਪਤਾ ਹੈ ਵੀ ਤੇਰੀਆਂ ਗੱਡੀ ਪਈਆਂ ਹੋਈਆਂ ਤੇ ਬਾਹਰ ਨਾ ਹੀ ਨਿਕਲੀ ਹੁੰਦਾ ਜਿਹੜੇ ਦੀਪ ਪੁੱਤਰ ਦੀ ਗੱਡੀ ਪਾ ਜਾਣ ਤਾਂ ਬਾਹਰ ਨਾ ਹੀ ਬੰਦਾ ਚੱਲ ਤੋਰ ਘਰ ਚਲੀ ਗਈ ਮੈਂ ਕੁੱਤਾ ਜਿਹੜਾ ਬੰਦਾ ਬਣਾ ਮੈਂ ਮਾਲ ਚ ਬਣਾ ਬਾਹਰ ਕੋਈ ਨਹੀਂ ਬਣਾ ਅਈਆ ਤੇਰੇ ਕੁੱਤੇ ਵਾਲੀ ਅੱਕੜ ਨਾ ਗਈ ਚੱਲ ਤੋਰ ਲੱਗ ਮੇਰੇ ਕੋ ओ चल मैं आ जासा माते ना ला के चल सचाल ए कट्टी ने पत्थे गदरन भूखी था मोई पे टूचर बनी पई ओ गदल सचाल चल लगा टोर पता नहीं किधर लाग गए आ जांदे ओए हाल ओए के जान जा अपने मुंह ते बैठी था मजमा लगा खड़ा है ओ तोड़ा भलो हो जावे के आए ओ फुफी जी तू आप ही सदवाया ता आया है ऐसी गंदी बिरादरी है जे गड्डी पाए मुकिया नहीं बुआ पहले मल्ली बैठे ने वैसे पहले ना महीना रोटी खवाई रखा है मैं चुप कर जे मौला बख्शा मैनू पूछ रहे दो ना कोल बे किवें आए बैठे हैं अब बहन साबरा ए की तरीका है घरे सत ते बेस्ट कर दे पेने साडे ले कमी गया ते असी आए हैं असी एवें आ गए हैं केड़ा साडे ले कमी गया है जेड़े तुसी अज्जी आण के बाहे गए ने मंजियां ते वाह भाई वाह डाडा सोना कीता ने तुहानू घरे काम ही कोई नहीं यो बुआ ते लद्दा खला है ओ फुफी रमजी नाई गया साडे घर तोड़ मैनू प्यार तेरी फुफी दे पोतर दी शादी है मैं पोतर दे ताज ताज खतने कीते हन मैं कहा दे फुफी दे पोतर दी शादी ते जावा के फुफी मेरी निराज न हो जावे तुसी जी शादी ते आना ते मैं शादी ते ही आवा तुसी मैना आण के मोरे बाए गए ने माई साबरा सानू रमजी नाई आख्या जो आज मेहंदी ते वड्डे बरात है असी ते ता आए बैठे हां ए मेरी धी उस बोले बंदे नु मैं ते चंद 14 तारीख दसी आई तुसी मोरे ही आण के बाए गए ने सदके अम्मा सदके ने ने चास कर दित्ती है मैनू ए दस तैनू चा होर कमी कोई लभ्या ਉਹ ਤੇ ਡੋਰਾ ਗੱਪੋਂ ਲੱਭਿਆ ਹਾ ਉਹ ਤਾਂ ਮੌਲਾ ਬਖਸ਼ਾ ਉਹ ਆਪਣਾ ਨਾਈ ਹੈ ਜੱਦੀ ਪੁਸ਼ਤੀ ਮੈਂ ਉਹਨਾਂ ਨਾਲ ਕਸ ਹੋਰ ਮੈਂ ਤੈਨੂੰ ਆਖਾਂ ਸੂ ਨਹੀਂ ਨਹੀਂ ਹੋਰ ਤਾਂ ਨਾਈ ਮਾਰ ਗਏ ਨੂੰ ਇੱਕੋ ਬਚੇ ਵਾਲਾ ਡੋਰਾ ਬਾਕੀ ਅਸੀਂ ਵੀ ਫਿਰ ਗਈ ਸਾਰਿਆਂ ਨੂੰ ਉਹ ਫੁੱਪੀ ਸਾਬਰਾ ਕੋ ਦੇਖ ਦਾ ਬੰਦੋਬਸਤ ਕਰ ਸਾਨੂੰ ਬੜੀ ਭੁੱਖ ਲੱਗੀ ਖਾਲੀਏ ਨਹੀਂ ਤਾਂ ਅਸੀਂ ਭੁੱਖ ਤੋਂ ਆ ਤੇਰੀਆਂ ਮੰਜੀਆਂ ਖਾ ਜਸਾਂ ਉਹ ਤਾਂ ਮੌਲਾ ਬਖਸ਼ਾ ਇਹ ਨਵਸਤਾ ਕੋ ਦੇਖ ਦਾ ਬੰਦੋਬਸਤ ਕਰ ਲੈ ਇਹਨਾਂ ਨੂੰ ਖਵਾਈਏ ਆ ਲਾਂਤੀ ਨਾਈ ਛੁੱਟਿਆ ਹੁੰਦਾ ਤੇ ਮੈਂ ਉਹਦਾ ਲਈ ਮੋਕ ਲੈਣਾ ਦੇਖ ਨਾਲ ਵੀ ਕਰ ਲੈਨੇ ਆ ਪੁਰਾਣੇ ਵੀ ਆ ਬੈਠੇ ਨੋ ਹਾਂ ਤੇ ਆਪਾਂ ਨੂੰ ਦੇਖਦਾ ਹੀ ਨਾ ਨਹੀਂ ਲਿਆ ਇਹਨੇ ਵੀ ਦੇਖ ਪਕਾਓ ਸ਼ਾਮੀ ਮਹਿੰਦੀ ਹੈ ਕੋਈ ਬੰਦੋਬਸਤ ਨਹੀਂ ਮਹਿੰਦੀ ਦਾ ਚਲ ਆ ਖਗਾ ਪਤਾ ਕਰੀਏ ਵੈਨ ਸਾਈ ਨੂੰ ਵੀ ਲਸ ਬੂਟ ਲੈਸ ਮਿਸਿੰਗ ਕਮਜ਼ੀ ਓ ਮੌਲਾ ਬਾਸ਼ਕਾ ਮੈਨੂੰ ਇੱਕ ਗੱਲ ਤਾਂ ਦੱਸ ਸੱਦੇ ਐਸਾਂ ਦਿੱਤਣ ਜਾ ਕੇ ਬੂਏ ਬੂਏ ਤੇ ਫਕੀਰਾਂ ਤੇ ਰਾਸੀ ਪਿੰਦੇ ਰੱਤੇ ਆ ਤੇ ਦੇਗਾ ਪਕਾਉਣ ਦੀ ਬਾਰੇ ਕਿਸੇ ਹੋਰ ਨਾਈ ਨੂੰ ਸਦਾਈ ਕੋਤਾ ਕਿਸੇ ਹੋਰ ਨਹੀਂ ਸਦਿਆ ਤੇਰਾ ਦਾਦਾ ਕਬਰ ਝੂਠੀ ਤੇ ਮਗਰਾ ਕੋਠੇ ਦਾ ਸੌ ਦੇਖ ਲਾਈ ਖਲਾਏ ਕੀ ਬਕਵਾਸ ਕਰਦਾ ਪਿਆ ਹੈ ਆਂਦਾ ਪਿਆ ਤੇਰਾ ਦਾਦਾ ਕੋਠੇ ਤੇ ਚੜ ਕੇ ਰਤ ਕੋਠੇ ਦੇ ਮਗਰ ਸੌ ਦੇਖ ਲਾਈ ਖਲੋਤਾ ਹੈ ਭਾਈ ਮੋਲਾ ਬਖਸ਼ਾ ਇੰਨੀ ਬਦਤਮੀਜ਼ੀ ਕਰਨ ਦਾ ਕੀ ਫਾਇਦਾ ਹੈ ਮੈਨੂੰ ਤੂੰ ਇਹ ਦੱਸ ਗਣੀ ਤੂੰ ਚਮੇ ਕਨਾ ਅੱਜ ਪੁਰਾਣੇ ਮੇਰੇ ਬੂਹੇ ਤੇ ਵਲਟੇ ਕਰਤੇ ਅੱਜ ਉਹ ਅੱਜ ਬਹਾ ਸੱਟੇ ਨੇ ਸ਼ਾਦੀ ਨੂੰ ਜੇ ਮਹੀਨਾ ਪਿਆ ਮਹੀਨਾ ਤੁਹਾਨੂੰ ਕੀ ਦੇ ਕੰਜਰ ਆ ਕੇ ਵੀ ਹੁਣੇ ਦਾ ਸਾਦਰਾ ਇਹਨਾਂ ਨੂੰ ਇੱਕ ਮਹੀਨੇ ਵਾਸਤੇ ਇਹਨਾਂ ਨੂੰ ਸਦਾ ਕੇ ਬੈਠਾ ਹੋਇਆ ਓਏ ਇਹਨੂੰ ਲੈ ਜਾ ਮੈਂ ਬੂਥ ਸੇਕ ਦੇਵਣਾ ਮੈਂ ਉਹ ਆਖਦਾ ਪਿਆ ਹੈ ਸ਼ਾਦੀ ਦਾ ਇੱਕ ਮਹੀਨਾ ਪਿਆ ਤੇ ਤੁਸੀਂ ਪਹਿਲੇ ਸਾਦਕ ਲੈ ਆਉਂਦਾ ਪੁਰਾਣਿਆਂ ਨੂੰ ਲੋ ਕਰ ਲੋ ਗੱਲ ਆ ਮਾਈ ਦਾ ਕਸੂਰ ਇਸ ਮੈਨੂੰ ਆਖਿਆ ਵੀ 14 ਤਰੀਕ ਨੂੰ ਸ਼ਾਦੀ ਹੈ ਤੇ 14 ਤਰੀਕ ਵਾਲੇ ਦੇ ਪੁਰਾਣੇ ਹੁਣ ਆਏ ਬੈਠੇ ਹੁਣ ਦੱਸੋ ਮੇਰਾ ਕੀ ਕਸੂਰ ਆ ਬੂੜਾ ਬੋੜੇ ਬੱਦਾ ਰਾ ਤੈਨ ਮੈਂ ਆ 14 ਤਰੀਕ ਨਹੀਂ ਦੱਸੀ ਆਈ ਤੈਨ ਮੈਂ ਅਗਲੀ ਚੰਦ ਦੀ 14 ਤਰੀਕ ਦੱਸੀ ਆਈ ਬੱਲੇ 14 ਤਰੀਕ ਦਾ ਅਸਤ ਰੱਜੀ ਖਲੀ ਹੈ ਨਾ ਹੁਣ ਤਾਂ ਤੈਨੂੰ ਮੈਂ ਇੱਥੇ ਬੇਇਤਬਾਰੀ ਆਈ ਮੈਂ ਕੰਮ ਵੀ ਆਪੇ ਲਾ ਬਲਵਸ ਤਰੀਕਾ ਮੈਂ ਆਪੇ ਦੱਸ ਲਵਾਂ ਤੂੰ ਤੂੰ ਪਤਰ ਕੇ ਏਡੀ ਭੀੜ ਚਰੀ ਬਣੀ ਹੈ ਲੈ ਉਸ ਰਾਮ ਮੈਨੂੰ ਤੂੰ ਆਂਦੀ ਪਈ ਮੈਂ ਬੜੀ ਕਾਲੀ ਆ ਮੇਰਾ ਪੁੱਤਰ ਬੁੜਾ ਹੁੰਦਾ ਪਿਆ 40 ਸਾਲਾਂ ਦਾ ਮੇਰਾ ਪੁੱਤਰ ਹੋਇਆ ਖੜਤਾ ਮੈਂ ਉਹਦੀ ਸ਼ਾਦੀ ਕਰਨੀ ਹੈ ਜੇ ਹੁਣ ਮੈਂ ਉਹਨਾਂ ਨੂੰ ਜਾ ਕੇ ਆਖ ਛੜਿਆ ਤਾਂ ਉਹਨਾਂ ਮੇਰੇ ਚਾਹ ਕਿੱਤੀ ਕੋਲਤੇ ਨੇ ਆ ਖਲੋਆ 40 ਸਾਲਾਂ ਵਾਲਿਆ ਅੰਮਾ ਇੱਕ ਮਿੰਟ ਤੂੰ ਵੀ ਚੋਪ ਰਵੀ ਅੱਛਾ ਰਾ ਤੂੰ ਵੀ ਚੋਪ ਕਰ ਖਲੋਏ ਨੇ ਮੈਂ ਦੱਸਣਾ ਬੇ ਕਿਵੇਂ ਗੱਲਾਂ ਕਰਦਾ ਤੂੰ ਦੱਸਣਾ ਤੇਰੀ ਮਾਂ ਆਪ ਆਖਿਆ ਹੈਗਾ ਹੁਣ ਤੂੰ ਦੱਸਣਾ ਹੈਗਾ ਮਾਈ ਬੋਲਦੀ ਨਹੀਂ ਮੈਂ ਮੋਲਾ ਬਖਸ਼ਾ ਮੇਰੇ ਸਾਈਂ ਨੂੰ ਨਾ ਮਾਰ ਕੀ ਹੈ ਤੈਨੂੰ ਖੈਰ ਤੈਂ ਤੇਰੀ ਮਾਂ ਆਖਿਆ ਆ ਅਜੇ ਅੰਦੀ ਮੈਂ ਸੱਪ ਵਾਲੀ ਸਿਰ ਵੀ ਕੁੱਟਣੀ ਹੈ ਜੇ ਓਏ ਮੈਨੂੰ ਸੱਪ ਵਾਲੀ ਸਿਰ ਆਖੇ ਹੈ ਮੁਬਾਰਕ ਹੋਵੇ ਸੁਗਰੀ ਮੁਬਾਰਕ ਹੋਵੇ ਓ ਮੇਰੇ ਕੰਨ ਠੀਕ ਹੋ ਗਏ ਮੈਨੂੰ ਸੁਣੀ ਮਨ ਲੱਗ ਪਿਆ ਓ ਦੋਸਤਾ ਮੈਨੂੰ ਨਜ਼ਲਾ ਤੇ ਖਾਗ ਵੀ ਰਾਂਦੀ ਦੋ ਚਾਟਾ ਹੋਰ ਮਾਰ ਚ ਹੈ ਹਾਂ ਐਸੀ ਮਜ਼ੀਦ ਫਨੀ ਵੀਡੀਓਜ਼ ਦੇਖਣ ਕੇ ਲਿਏ ਹਮਾਰੇ ਚੈਨਲ ਰਚਨਾਵੀ ਟੀਵੀ ਕੋ ਸਬਸਕ੍ਰਾਈਬ ਕਰੇਂ।